ਖਰਾ ਸਾਹਿਬ ਬੀਤੇ ਦਿਨ ਦੇਖਿਆ ਗਿਆ ਕਿ ਵਿਵਾਦਿਤ ਬਿਆਨ ਮੁੜ ਤੋਂ ਕੰਗਣਾ ਵੱਲੋਂ ਦਿੱਤਾ ਗਿਆ ਤੇ ਉਸ ਤੋਂ ਬਾਅਦ ਐਮਰਜੈਂਸੀ ਫਿਲਮ ਵਿਵਾਦਾਂ ਚ ਆ ਜਾਂਦੀ ਹੈ ਤਾਂ ਇਸ ਦੇ ਖਿਲਾਫ਼ ਪਟੀਸ਼ਨ ਵੀ ਪਾਈ ਗਈ ਹੈ ਕੀ ਲੱਗਦਾ ਹੈ ਕਿ ਰੋਕ ਲੱਗੇਗੀ ਹੁਣ ਇਸ ਐਮਰਜੈਂਸੀ ਫਿਲਮ ਤੇ ਤੇ ਅਸੀਂ ਇਹ ਪਟੀਸ਼ਨ ਦਾਇਰ ਕੀਤੀ ਹੈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਭੜਕਾਊ ਮਾਹੌਲ ਬਣ ਸਕਦਾ ਉਸ ਫਿਲਮ ਦੇ ਰਿਲੀਜ਼ ਹੋਣ ਕਾਰਨ ਫਿਰ ਇਸ ਫਿਲਮ ਤੇ ਕਿਉਂ ਨਹੀਂ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਜਾਂ ਬੀਜੇਪੀ ਵੱਲੋਂ ਕਿਉਂ ਨਹੀਂ ਇਸ ਖਿਲਾਫ਼ ਕੋਈ ਵੱਡਾ ਐਕਸ਼ਨ ਲਿਆ ਜਾ ਰਿਹਾ ਖਰਾ ਸਾਹਿਬ ਕਿਵੇਂ ਦੇਖਦੇ ਹੋ ਕਿ ਵਾਰ ਵਾਰ ਪੰਜਾਬ ਨੂੰ ਹੀ ਟਾਰਗੇਟ ਕੀਤਾ ਜਾਂਦਾ ਆਖਿਰਕਾਰ ਇਸ ਦੇ ਪਿੱਛੇ ਮਨਸ਼ਾ ਕੀ ਹੋ ਸਕਦੀ ਹੈ ਕੰਗਨਾ ਰਣੌਤ ਜਿੱਥੇ ਕਿਸਾਨਾਂ ਵਾਲੇ ਬਹੁਤ ਜਿਹੜਾ ਤੱਕਾ ਬਿਆਨ ਦੇ ਕੇ ਗਈ ਹੈ ਤਾਂ ਉੱਥੇ ਹੀ ਫਿਲਮ ਨੂੰ ਲੈ ਕੇ ਵੀ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਤਾਂ ਹੁਣ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਵਿੱਚ ਰਿੱਟ ਪਾਈ ਗਈ ਹੈ ਤੇ ਇਸ ਸਾਰੇ ਮਾਮਲੇ ਨੂੰ ਲੈ ਕੇ ਜੋ ਹਾਈ ਕੋਰਟ ਪਹੁੰਚੇ ਨੇ ਐਡਵੋਕੇਟ ਇਮਾਮ ਸਿੰਘ ਖਾਰਾ ਉਹ ਫੋਨ ਕਾਲ ਤੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿੱਦਾਂ ਦੀ ਕਾਰਵਾਈ ਹੁਣ ਹਾਈ ਕੋਰਟ 'ਚ ਦੇਖਣ ਨੂੰ ਮਿਲ ਸਕਦੀ ਹੈ ਖਾਰਾ ਸਾਹਿਬ ਬੀਤੇ ਦਿਨ ਦੇਖਿਆ ਗਿਆ ਕਿ ਵਿਵਾਦਿਤ ਬਿਆਨ ਮੁੜ ਤੋਂ ਕੰਗਣਾ ਵੱਲੋਂ ਦਿੱਤਾ ਗਿਆ ਤੇ ਉਸ ਤੋਂ ਬਾਅਦ ਐਮਰਜੈਂਸੀ ਫਿਲਮ ਵਿਵਾਦਾਂ 'ਚ ਆ ਜਾਂਦੀ ਹੈ ਤਾਂ ਇਸ ਦੇ ਖਿਲਾਫ਼ ਪਟੀਸ਼ਨ ਵੀ ਪਾਈ ਗਈ ਹੈ ਕੀ ਲੱਗਦਾ ਹੈ ਕਿ ਰੋਕ ਲੱਗੇਗੀ ਹੁਣ ਇਸ ਐਮਰਜੈਂਸੀ ਫਿਲਮ ਤੇ ਹਾਂਜੀ ਦੇਖੋ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਪਾਈ ਹੈ ਜੀ ਅਸੀਂ ਇਸ 'ਚ ਦੋ ਨੌਜਵਾਨ ਨੇ ਅੰਮ੍ਰਿਤਧਾਰੀ ਸਿੱਖ ਨੇ ਸਰਦਾਰ ਗੁਰਿੰਦਰ ਸਿੰਘ ਖਾਲਸਾ ਅਤੇ ਸਰਦਾਰ ਜਗਮੋਹਨ ਸਿੰਘ ਖਾਲਸਾ ਜੀ ਉਹ ਪਟੀਸ਼ਨਰ ਨੇ ਤੇ ਮੈਂ ਐਡਵੋਕੇਟ ਇਮਾਨ ਸਿੰਘ ਖਾਰਾ ਤੇ ਜੋ ਮੇਰੇ ਨਾਲ ਨੇ ਐਡਵੋਕੇਟ ਦਪਿੰਦਰ ਸਿੰਘ ਵਿਰਕ ਤੇ ਅਸੀਂ ਇਹ ਪਟੀਸ਼ਨ ਦਾਇਰ ਕੀਤੀ ਹੈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਤੇ ਇਸ ਦੇ ਵਿੱਚ ਸਾਡੀ ਇਹ ਬੇਨਤੀ ਹੈ ਵੀ ਜੋ ਗਾਈਡਲਾਈਨਸ ਫਾਰ ਸਰਟੀਫਿਕੇਸ਼ਨ ਆਫ ਫਿਲਮਸ ਹੈ ਤੇ ਜੋ ਸੈਕਸ਼ਨ 5B ਆਫ ਸਿਨੇਮਾਟੋਗ੍ਰਾਫ ਐਕਟ 1952 ਉਸਦੀ ਘੋਰ ਉਲੰਘਣਾ ਕੀਤੀ ਗਈ ਹੈ ਵੀ ਜੋ ਇਹ ਫਿਲਮ ਦੇਖੋ ਇਹ ਡਿਸਹਾਰਮਨੀ ਫੈਲਾ ਰਹੀ ਹੈ ਫਿਰਕਾ ਪ੍ਰਸਤੀ ਦੀ ਭਾਵਨਾ ਪੈਦਾ ਕਰ ਰਹੀ ਹੈ ਜੋ ਪੰਜਾਬ ਦੇ ਵਿੱਚ 9 ਮਾਸ ਦਾ ਰਿਸ਼ਤਾ ਹੈ ਸਾਰੇ ਕੌਮਾਂ ਦਾ ਚਾਹੇ ਸਿੱਖ ਹੋਣ ਚਾਹੇ ਹਿੰਦੂ ਭਰਾ ਹੋਣ ਚਾਹੇ ਲਹਿੰਦੇ ਪੰਜਾਬ ਵਾਲੇ ਮੁਸਲਿਮ ਭਰਾ ਹੋਣ ਸਾਰੇ ਜੋ ਪੰਜਾਬ ਪੰਜਾਬੀ ਹੈ ਤੇ ਕੌਮ ਹੈ ਉਹਨਾਂ ਦੇ ਵਿੱਚ ਇਹ ਫਿਰਕਾ ਪ੍ਰਸਤੀ ਦੀ ਭਾਵਨਾ ਪੈਦਾ ਕਰਦੀ ਹੈ ਇਸ ਤੋਂ ਪੰਜਾਬ ਤੋਂ ਬਾਹਰ ਵੀ ਜੋ ਹੋਰ ਇੰਡੀਆ ਦੀਆਂ ਸਟੇਟਸ ਨੇ ਉੱਥੇ ਜੋ ਸਿੱਖ ਮਾਇਨੋਰਟੀਜ਼ ਰਹਿੰਦੀਆਂ ਨੇ ਉਹਨਾਂ ਦੇ ਖਿਲਾਫ਼ ਦੰਗੇ ਭੜਕਣ ਦਾ ਵੀ ਜੋ ਇਸ ਨਾਲ ਜੋ ਬਣ ਸਕਦੇ ਨੇ ਸਮੀਕਰਨ ਜੋ ਹਾਲਾਤ ਬਣ ਸਕਦੇ ਨੇ ਤਾਂ ਇਸੇ ਬੇਸਿਸ ਦੇ ਉੱਪਰ ਜੋ ਅਸੀਂ ਮਾਨਯੋਗ ਹਾਈ ਕੋਰਟ ਦਾ ਰੁੱਖ ਕੀਤਾ ਤਾਂ ਦੇਖੋ ਇਸ ਦੇ ਵਿੱਚ ਸਾਡੀ ਬੇਨਤੀ ਹੈ ਵੀ ਜਿਹੜੇ ਉਹ ਸੀਨ ਨੇ ਦੋ ਸੀਨ ਨੇ ਇੱਕ ਤਾਂ ਜੋ ਟ੍ਰੇਲਰ ਦੇ ਵਿੱਚ ਸੀਨ ਆਉਂਦਾ 2 ਮਿੰਟ ਤੇ 37 ਸਕਿੰਟ ਤੇ ਜਿੱਥੇ ਕਿ ਇਹ ਦਿਖਾਇਆ ਜਾਂਦਾ ਹੈ ਵੀ ਕੁਛ ਕੁ ਦੇਖੋ ਜੋ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਨੇ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਤੇ ਮੇਨ ਲੀਡ ਐਕਟਰ ਨੇ ਉਹ ਇਸ ਬਰੀਕੀ ਤੱਕ ਉਹਨਾਂ ਨੇ ਦਿਖਾਇਆ ਹੈ ਵੀ ਜੋ ਸਿੰਘ ਨੇ ਸਿੰਘਾਂ ਦੇ ਗਾਤਰਾ ਵੀ ਪਾਇਆ ਦਿਖਾਇਆ ਅੰਮ੍ਰਿਤ ਛਕਿਆ ਦਿਖਾਇਆ ਉਹ ਜੋ AK-47 ਦੀਆਂ ਬੰਦੂਕਾਂ ਦੇ ਨਾਲ ਜੋ ਫਾਇਰਿੰਗ ਕਰ ਰਹੇ ਨੇ ਉਹ ਕੁਛ ਮੋਨੇ ਨੌਜਵਾਨ ਨੇ ਜਿਹਨਾਂ ਦੇ ਸਿਰਾਂ ਤੇ ਪੱਗਾਂ ਹੈ ਨਹੀਂ ਗੀਆਂ ਤੇ ਉਹਨਾਂ ਦੇ ਉੱਪਰ ਜੋ ਫਾਇਰਿੰਗ ਕਰਦੇ ਹੋਏ ਉਹਨਾਂ ਨੂੰ ਦਿਖਾਇਆ ਗਿਆ ਜੋ ਦੇਖਣ ਚ ਐਂ ਲੱਗਦਾ ਵੀ ਹਿੰਦੂ ਕਮਿਊਨਿਟੀ ਨੂੰ ਬਿਲੋਂਗ ਕਰ ਰਹੇ ਜੀ ਤਾਂ ਇਸ ਨਾਲ ਦੇਖੋ ਬੜੀ ਜ਼ਿਆਦਾ ਇੱਕ ਭੜਕਾਹਟ ਪੈਦਾ ਹੋ ਸਕਦੀ ਹੈ ਦੂਸਰਾ ਸੀਨ ਇਹ ਹੈ ਵੀ ਜੋ ਉਸ ਤੋਂ ਅੱਗੇ ਚੱਲ ਕੇ ਸੀਨ ਦਿਖਾਇਆ ਵੀ ਜੋ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਨੇ ਉਹ ਕਾਂਗਰਸ ਦੇ ਕਹਿ ਲਓ ਏਜੰਟ ਵਾਂਗੂ ਦਿਖਾਇਆ ਵੀ ਉਹ ਕਾਂਗਰਸ ਦੇ ਨਾਲ ਸਮਝੌਤਾ ਕਰ ਰਹੇ ਨੇ ਉੱਥੇ ਵੋਟਾਂ ਉਹਨਾਂ ਨੂੰ ਕਹਿ ਰਹੇ ਨੇ ਮੈਂ ਤੁਹਾਨੂੰ ਵੋਟਾਂ ਪਵਾ ਕੇ ਜਿਤਾਊਂਗਾ ਤਾਂ ਦੇਖੋ ਇੱਥੋਂ ਪਤਾ ਲੱਗਦਾ ਹੈ ਵੀ ਇਹ ਫਿਲਮ ਸਿੱਖਾਂ ਦੀ ਕਿਰਦਾਰ ਕੁਸ਼ੀ ਕਰਨ ਦੇ ਲਈ ਬਣਾਈ ਗਈ ਹੈ ਇਸ ਦੇ ਵਿੱਚੋਂ ਜੋ ਇਤਰਾਜ਼ਯੋਗ ਸੀਨ ਹੈ ਇਹ ਕੱਢੇ ਜਾਣੇ ਚਾਹੀਦੇ ਹੈ ਜਦੋਂ ਤੀਕਰ ਇਤਰਾਜ਼ਯੋਗ ਸੀਨ ਨਹੀਂ ਕੱਢੇ ਜਾਂਦੇ ਉਦੋਂ ਤੱਕ ਇਸ ਫਿਲਮ ਤੇ ਸਟੇ ਲੱਗਣੀ ਚਾਹੀਦੀ ਹੈ
ਜੀ, ਤਾਂ ਹੁਣ ਗੱਲ ਕਰੀਏ ਹਾਈ ਕੋਰਟ 'ਚ ਪਟੀਸ਼ਨ ਪਾਈ ਗਈ ਆ, ਹਾਈ ਕੋਰਟ ਵੱਲੋਂ ਜਿਹੜੇ ਆ ਕੀ ਇਸ 'ਤੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ? ਦੇਖੋ, ਇਸ 'ਤੇ ਸੁਣਵਾਈ ਹੋਵੇਗੀ ਇੱਕ ਦੋ ਦਿਨਾਂ ਦੇ ਵਿੱਚ, ਤਾਂ ਉਸ ਤੋਂ ਬਾਅਦ ਸਾਨੂੰ ਪੂਰਨ ਤੌਰ 'ਤੇ ਯਕੀਨ ਹੈ ਵੀ ਮਾਨਯੋਗ ਹਾਈ ਕੋਰਟ ਤੋਂ ਸਾਨੂੰ ਇਨਸਾਫ਼ ਮਿਲੇਗਾ, ਤੇ ਉਸ ਤੋਂ ਬਾਅਦ ਦੇਖਦੇ ਅੱਗੇ ਕੀ ਬਣਦਾ ਹੈ। ਜੀ, ਤਾਂ ਅੱਜ ਹੀ ਜਿਹੜੇ ਆ ਹੁਣ ਚਰਚਾ ਦਾ ਵਿਸ਼ਾ ਬਣੀ ਹੋਈ ਆ ਖ਼ਬਰ ਕਿ ਯੋਗੀ ਸਰਕਾਰ ਨੇ ਨਵੀਂ ਪਾਲਿਸੀ ਲਿਆਂਦੀ ਆ ਸੋਸ਼ਲ ਮੀਡੀਆ ਦੇ ਲਈ ਕਿ ਜਿਹੜਾ ਵੀ ਦੇਸ਼ ਵਿਰੋਧੀ ਕੋਈ ਪੋਸਟ ਸਾਂਝੀ ਕਰੇਗਾ ਕਿ ਉਸਦੇ ਖਿਲਾਫ਼ 3 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਉਸਨੂੰ ਸਜ਼ਾ ਦਿੱਤੀ ਜਾ ਸਕਦੀ ਆ। ਪਰ ਉੱਥੇ ਹੀ ਇਸ ਸਭ ਦੇ ਦਰਮਿਆਨ ਐਮਰਜੈਂਸੀ ਫਿਲਮ ਆ ਰਹੀ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਜਾਂ ਬਾਕੀ ਸਿੱਖ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਇੱਕ ਭੜਕਾਊ ਮਾਹੌਲ ਬਣ ਸਕਦਾ ਉਸ ਫਿਲਮ ਦੇ ਰਿਲੀਜ਼ ਹੋਣ ਕਾਰਨ, ਫਿਰ ਇਸ ਫਿਲਮ 'ਤੇ ਕਿਉਂ ਨਹੀਂ ਜਿਹੜੀ ਆ ਕਾਰਵਾਈ ਕੀਤੀ ਜਾ ਰਹੀ, ਜਾਂ ਬੀਜੇਪੀ ਵੱਲੋਂ ਕਿਉਂ ਨਹੀਂ ਇਸ ਖਿਲਾਫ਼ ਕੋਈ ਵੱਡਾ ਐਕਸ਼ਨ ਲਿਆ ਜਾ ਰਿਹਾ? ਨਹੀਂ, ਦੇਖੋ ਜੀ, ਅਸੀਂ ਜੋ ਦੋ ਅੰਮ੍ਰਿਤਧਾਰੀ ਸਿੱਖ ਨੇ ਗੁਰਿੰਦਰ ਸਿੰਘ ਤੇ ਜਗਮੋਹਨ ਸਿੰਘ, ਉਹਨਾਂ ਨੇ ਪਿਛਲੇ ਬੀਤੇ ਦਿਨੀ ਜੋ ਡੀਜੀਪੀ ਪੰਜਾਬ ਉਹਨਾਂ ਨੂੰ ਲੈਟਰਾਂ ਵੀ ਲਿਖੀਆਂ ਸੀ ਵੀ ਇਸ ਫਿਲਮ ਦੇ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ, ਹੈ ਨਾ ਜੀ। ਜੋ ਕੰਗਨਾ ਰਣੌਤ ਨੇ, ਉਹਨਾਂ ਦੀ ਟੀਮ ਹੈ, ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ, ਪਰ ਪੰਜਾਬ ਪੁਲਿਸ ਵੱਲੋਂ ਉਹਨਾਂ ਐਪਲੀਕੇਸ਼ਨਾਂ ਉੱਪਰ ਕੋਈ ਵੀ ਨਹੀਂ ਕੋਈ ਕਦਮ ਚੁੱਕਿਆ ਗਿਆ, ਤਾਂ ਕਰਕੇ ਸਾਨੂੰ ਮਾਨਯੋਗ ਜੋ ਹਾਈ ਕੋਰਟ ਦਾ ਰੁਖ ਕਰਨਾ ਪਿਆ। ਅਸੀਂ ਜੋ ਪੰਜਾਬ ਦੇ ਗ੍ਰਹਿ ਸਕੱਤਰ ਨੇ ਉਹਨਾਂ ਨੂੰ ਵੀ ਐਪਲੀਕੇਸ਼ਨਾਂ ਮੂਵ ਕੀਤੀਆਂ ਸੀ ਰੀਪ੍ਰੈਜੈਂਟੇਸ਼ਨ, ਇਸ ਫਿਲਮ ਦੇ ਜਿਹੜੇ ਉਹ ਜਿਹੜੇ ਸਾਰੇ ਰਿਕਾਰਡ ਨੇ ਉਹ ਸੀਜ਼ ਕਰਨ ਉਹ, ਤੇ ਫਿਲਮ ਤੇ ਰੋਕ ਲਾਉਣ, ਤੇ ਉਹਨਾਂ ਤੋਂ ਵੀ ਇਸ ਫਿਲਮ ਤੇ ਕੋਈ ਰੋਕ ਨਹੀਂ ਲਾਈ ਜਾ ਰਹੀ, ਤਾਂ ਇਸ ਕਰਕੇ ਜੋ ਸਾਨੂੰ ਮਾਨਯੋਗ ਹਾਈ ਕੋਰਟ ਦਾ ਰੁਖ ਕਰਨਾ ਪਿਆ ਜੀ। ਜੀ, ਖਾਰਾ ਸਾਹਿਬ ਕਿਵੇਂ ਦੇਖਦੇ ਹੋ ਕਿ ਵਾਰ ਵਾਰ ਪੰਜਾਬ ਨੂੰ ਹੀ ਟਾਰਗੇਟ ਕੀਤਾ ਜਾਂਦਾ, ਆਖਿਰਕਾਰ ਇਸ ਦੇ ਪਿੱਛੇ ਮਨਸ਼ਾ ਕੀ ਹੋ ਸਕਦੀ ਹੈ? ਹਾਲਾਂਕਿ ਥੱਪੜ ਵਾਲਾ ਮਾਮਲਾ ਵੀ ਵੱਡਾ ਸਾਹਮਣੇ ਆਇਆ ਸੀਗਾ, ਇੱਕ MP ਨੂੰ ਸਿੱਧੇ ਕਿਸੇ ਨੇ ਐਡੇ ਵੱਡਾ ਐਕਸ਼ਨ ਲੈ ਲਿਆ ਕਿ ਉਸਤੇ ਇਹ ਸਾਰਾ ਮਾਮਲਾ ਬਣ ਗਿਆ ਸੀਗਾ, ਤਾਂ ਹਾਲੇ ਵੀ ਜਿਹੜਾ ਪੰਜਾਬ ਪ੍ਰਤੀ ਅਜਿਹੀ ਜਿਹੜਾ ਨਿਗਾਹ ਰੱਖੀ ਜਾ ਰਹੀ ਹੈ, ਵਾਰ ਵਾਰ ਬਿਆਨ ਦਿੱਤੇ ਜਾ ਰਹੇ ਆ, ਆਖਿਰਕਾਰ ਘਾਟ ਕਿੱਥੇ ਰੜਕ ਰਹੀ ਹੈ, ਕੀ ਕਾਰਨ ਲੱਗ ਰਿਹਾ ਕਿ ਇੰਨੀ ਖੁੱਲ ਕੇ ਜਿਹੜੇ ਆ ਕੰਗਣਾ ਰਣੌਤ ਬੋਲ ਰਹੇ ਨੇ? ਨਹੀਂ, ਦੇਖੋ, ਇੰਜ ਪ੍ਰਤੀਤ ਹੁੰਦਾ ਹੈ ਜੋ MP ਕੰਗਣਾ ਰਣੌਤ ਨੇ, ਉਹਨਾਂ ਦੇ ਮਨ ਦੇ ਵਿੱਚ ਹੀ ਕਿਤੇ ਨਾ ਕਿਤੇ ਜੋ ਪੂਰੇ ਪੰਜਾਬ ਦੇ ਲਈ, ਖਾਸ ਕਰ ਸਿੱਖ ਕੌਮ ਦੇ ਲਈ ਮਨ ਚ ਨਫ਼ਰਤ ਹੈ, ਜੋ ਉਹਨਾਂ ਦੇ ਬਿਆਨਾਂ ਤੋਂ ਵੀ ਝਲਕਦੀ ਹੈ, ਜਿਵੇਂ ਉਹਨਾਂ ਨੇ ਗੱਲ ਕਹੀ ਵੀ ਜੋ ਬਾਂਗਲਾਦੇਸ਼ ਬਣ ਜਾਣਾ ਸੀ ਕਿਸਾਨਾਂ ਨਾਲ ਦਿੱਲੀ, ਤਾਂ ਉਹ ਇੱਕ ਨਫ਼ਰਤ ਹੈ। ਹਾਲਾਂਕਿ ਕਿਸਾਨੀ ਅੰਦੋਲਨ ਤੋਂ ਕੋਈ ਸ਼ਾਂਤਮਈ ਅੰਦੋਲਨ ਦੁਨੀਆਂ ਭਰ 'ਚ ਨਹੀਂ ਕਿਤੇ ਹੋਇਆ, ਜੇ ਯੂਰਪ ਦੇ ਵੀ ਕਿਸਾਨ ਕੁਛ ਕਰਦੇ ਨੇ ਤਾਂ ਸ਼ਹਿਰ ਦਾ ਨੁਕਸਾਨ ਕਰ ਦਿੰਦੇ ਆ ਟਰੈਕਟਰਾਂ ਟਰਾਲੀਆਂ ਨਾਲ, ਪਰ ਦੇਖੋ ਇਹ ਤਾਂ ਪੰਜਾਬ ਹਰਿਆਣੇ ਤੇ ਉੱਤਰ ਪ੍ਰਦੇਸ਼ ਦੇ ਕਿਸਾਨ ਨੇ ਜਿਨ੍ਹਾਂ ਨੇ ਇਹੋ ਜਿਹਾ ਕੁਛ ਵੀ ਨਹੀਂ ਕੀਤਾ, ਤੇ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਵਰਲਡ ਦਾ ਸਭ ਤੋਂ ਵੱਡਾ ਰੋਸ ਪ੍ਰਦਰਸ਼ਨ ਉਹਨਾਂ ਨੇ ਚਲਾਇਆ, ਤੇ ਮੇਰੇ ਹਿਸਾਬ ਨਾਲ ਉਹਨਾਂ ਦੇ ਕਿਤੇ ਨਾ ਕਿਤੇ ਮਨ ਦੇ ਵਿੱਚ ਨਫ਼ਰਤ ਹੈ। ਜੀ, ਤਾਂ ਅੱਗੇ ਹੋਰ ਕੀ ਐਕਸ਼ਨ ਲਿਆ ਜਾ ਸਕਦਾ ਹਾਈ ਕੋਰਟ ਵਿੱਚ, ਹੋਰ ਕੀ ਕੁਝ ਦਲੀਲਾਂ ਰੱਖਿਆ ਜਾ ਸਕਦੀ? ਦੇਖੋ, ਇਹੀ ਇੱਕ ਵਾਰੀ ਬਹਿਸ ਹੋਣ ਤੋਂ ਬਾਅਦ ਦੇਖਦੇ ਹਾਂ ਕਿਵੇਂ ਸੁਣਵਾਈ ਹੁੰਦੀ ਹੈ, ਉਸ ਤੋਂ ਬਾਅਦ ਅੱਗੇ ਜੋ ਕਾਰਵਾਈ ਕਰਾਂਗੇ।